ਸਤਿ ਸ਼੍ਰੀ ਅਕਾਲ। ਪੰਚਾਇਤੀ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਦੇ ਰਾਹ ਕਈ ਦਿਨ ਤੋਂ ਹੀ ਜੇ ਦੇਖਿਆ ਜਾਵੇ ਲਗਾਤਾਰ ਪੰਜਾਬ ਹਰਿਆਣਾ ਹਾਈਕੋਰਟ ਪਟੀਸ਼ਨਾਂ ਪਹੁੰਚ ਰਹੀਆਂ ਸੀ ਤਾਂ ਅੱਜ ਇੱਕ ਵੱਡਾ ਫੈਸਲਾ ਕੋਰਟ ਦੇ ਵੱਲੋਂ ਸੁਣਾਇਆ ਗਿਆ ਜਿਹਦੇ ਵਿੱਚ 200 ਤੋਂ ਜ਼ਿਆਦਾ ਪਟੀਸ਼ਨਸ ਨੇ ਜਿਹੜੀਆਂ ਦਾਖਲ ਸੀ ਜਿਹੜੀਆਂ ਸਟੇ ਕਰਤੀਆਂ ਨੇ। ਆਕਮ ਜੀ ਦੇਖਿਆ ਜਾਵੇ ਮੇਨ ਗਰਾਊਂਡ ਕੀ ਬਣਿਆ ਕਿਉਂਕਿ ਸਟੇ ਕਰਨਾ ਇਹ ਉਹ ਕਿਉਂਕਿ ਪਟੀਸ਼ਨਾਂ ਹੀ ਬਹੁਤ ਜ਼ਿਆਦਾ ਸੀ ਉਹ ਕਿੰਨੇ ਕੁ ਖਿੱਤੇ ਦੀਆਂ ਹੋਣੀਆਂ ਜਿਹੜੀਆਂ ਅੱਜ ਪਹੁੰਚੀਆਂ ਹੋਈਆਂ ਸੀ। ਇਹਦੇ ਵਿੱਚ ਸਾਰੇ ਪੰਜਾਬ ਤੋਂ ਪਟੀਸ਼ਨ ਸੀਗੀਆਂ ਸੀ ਮਾਨਯੋਗ ਹਾਈਕੋਰਟ ਦੇ ਧਿਆਨ ਦੇ ਵਿੱਚ ਲੈ ਕੇ ਆਂਦਾ ਕਿਸ ਤਰੀਕੇ ਨਾਲ ਜਿਹੜੇ ਲੋਕਤਾਂਤਰਿਕ ਅਧਿਕਾਰ ਨੇ ਉਹਨਾਂ ਦਾ ਕਾਨ ਹੋ ਰਿਹਾ ਉਹਦੇ ਨਾਲ ਨਾਲ ਜਿਹੜੇ ਇੱਕ MLA ਮੌਲਕ ਜਿਹੜਾ ਇਹਨਾਂ ਦਾ ਉਹ ਸਿੱਧਾ ਕਹਿ ਰਿਹਾ ਕਿ ਮੈਂ ਇਹਨੂੰ ਸਰਪੰਚ ਥਾਪ ਦਿੱਤਾ ਉਹਦੇ ਨਾਲ ਨਾਲ ਜਿਹੜੀ ਰੂਲਿੰਗ ਪਾਰਟੀ ਦੇ ਜਿਹੜੇ ਮਤਲਬ ਕੈਂਡੀਡੇਟਸ ਨੇ ਉਹਨਾਂ ਨੇ MLA ਨੇ ਉਹਨਾਂ ਨੇ ਕਿਸ ਤਰੀਕੇ ਨਾਲ ਜਿਹੜੇ ਆਪਦੇ ਕੈਂਡੀਡੇਟਸ ਨੇ ਸਿਰਫ ਉਹਨਾਂ ਦੇ ਛੱਡ ਕੇ ਬਾਕੀ ਸਾਰਿਆਂ ਦੇ ਕੈਂਸਲ ਕਰ ਦਿੱਤੇ ਜਿਨ੍ਹਾਂ ਦੇ ਵਿੱਚ NOC ਦੇ ਲੈਟਰ ਹੋਣ ਚਾਹੇ ਉਹਨਾਂ ਦੇ ਵਿੱਚ ਚੁੱਲ੍ਹਾ ਟੈਕਸ ਦੇ ਲੈਟਰ ਹੋਣ ਉਹਨਾਂ ਨੂੰ ਉਤਾਰ ਕੇ ਤੇ ਜਿਹੜਾ ਹੈ ਉਹ ਫਾਰਮ ਰਿਜੈਕਟ ਕਰ ਦਿੱਤੇ ਗਏ ਬਿਨਾਂ ਸੁਣੇ ਨੇ ਲੰਗੇ ਦਿਨਾਂ 'ਚ ਜਿਵੇਂ ਕਿ ਤੁਸੀਂ NOC ਜਾਂ ਚੁੱਲ੍ਹਾ ਟੈਕਸ ਦੀ ਗੱਲ ਕਰੀ ਆ ਉਹਦੇ 'ਚ ਗੱਲ ਇਹ ਵੀ ਸੀ ਵੀ ਬਹੁਤ ਸਾਰਾ ਦੇ ਵੀਡੀਓ ਨੇ ਜਿਹੜੇ ਉਹ ਵੀ ਵਾਇਰਲ ਹੋਏ ਸੀ ਉਹ ਗਰਾਊਂਡ ਬਣੇ ਨੇ ਇਸ ਚੀਜ਼ ਦੇ। ਬਿਲਕੁਲ ਇਹ ਸਾਰੇ ਗਰਾਊਂਡ ਜਦੋਂ ਅਸੀਂ ਹਾਈਕੋਰਟ ਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪੁਲਿਸ ਹੈ ਉਹ ਵੀ ਅਤਿਆਚਾਰ ਕਰ ਰਹੀ ਹੈ ਕੈਂਡੀਡੇਟ ਨੂੰ ਇੱਥੋਂ ਤੱਕ ਕਿ ਨੋਮੀਨੇਸ਼ਨ ਨਹੀਂ ਭਰਨ ਦਿੱਤਾ ਗਿਆ ਵਿੱਚ ਇੱਕ ਵੀਡੀਓ ਵੀ ਸ਼ੋਅ ਕੀਤੀ ਗਈ ਜਿੰਦੇ ਵਿੱਚ ਕੈਂਡੀਡੇਟ ਨੂੰ ਨੋਮੀਨੇਸ਼ਨ ਭਰਨ ਗਏ ਨੂੰ ਜਾ ਕੇ ਰੂਲਿੰਗ ਪਾਰਟੀ ਦੇ ਬੰਦੇ ਚੱਕ ਕੇ ਲੈ ਜਾਂਦੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਮਾਨਯੋਗ ਹਾਈਕੋਰਟ ਨੇ ਬੜਾ ਸਖਤ ਇਤਰਾਜ਼ ਜਿਹੜਾ ਹੈ ਇਹਦੇ ਉੱਤੇ ਜ਼ਾਹਰ ਕੀਤਾ ਤਾਂ ਉਹਨਾਂ ਨੇ ਜਿੰਨੇ ਲੋਕਾਂ ਨੇ ਤਕਰੀਬਨ ਕੋਈ 300 ਦੇ ਨੇੜੇ ਲੋਕਾਂ ਨੇ ਅਪਰੋਚ ਕੀਤਾ ਸੀ ਉਹ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਦੇ ਉੱਤੇ ਸਟੇ ਕਰ ਦਿੱਤਾ ਗਿਆ। ਕਾਫੀ ਸਮਾਂ ਇਸ ਚੀਜ਼ ਨੂੰ ਲੈ ਕੇ ਬਹਿਸ ਚੱਲਦੀ ਰਹੀ ਕਿ ਜਿਹੜਾ ਪੂਰਾ ਮਸਲਾ ਜਿਸ ਤਰ੍ਹਾਂ ਦੇ ਨਾਲ ਹਾਲਾਂਕਿ ਚਲੋ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਵੀ ਪ੍ਰੋਸੈਸ ਨੂੰ ਸਟੇ ਨਾ ਕਰਿਆ ਜਾਵੇ ਪਰ ਫਿਰ ਵੀ ਲੱਗਦਾ ਹੈ ਕਿ ਹੁਣ ਜਦੋਂ ਇਹ ਪ੍ਰੋਸੈਸ ਸਟੇ ਕਰਤਾ ਉਸ ਜਗ੍ਹਾ ਦੀ ਜਿਹੜੀ ਇਲੈਕਸ਼ਨ ਪ੍ਰੋਸੈਸ ਉਹ ਸਾਰਾ ਰੁਕ ਜੂਗਾ ਇਹਦੇ ਮਾਇਨੇ ਇਹ ਨੇ। ਬਿਲਕੁਲ ਇਹਦੇ ਮਾਇਨੇ ਇਹ ਨੇ ਕਿ ਉਹਨਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਪਿੰਡਾਂ ਦੇ ਵਿੱਚ ਅਰਾਜਕਤਾ ਫੈਲੀ ਹੈ ਜਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਨੋਮੀਨੇਸ਼ਨ ਕੈਨਸਲ ਹੋਏ ਨੇ ਉਹਨਾਂ ਪਿੰਡਾਂ ਦੇ ਵਿੱਚ ਹੁਣ ਇਲੈਕਸ਼ਨ ਨਹੀਂ ਹੋਏਗਾ। ਫਿਰ ਦੁਬਾਰੇ ਤੋਂ ਫੇਰ ਕਹਿ ਸਕਦੇ ਹਾਂ ਪ੍ਰੋਸੈਸ ਨਵਾਂ ਚੱਲੂਗਾ 15 ਦਿਨਾਂ ਦੇ ਬਾਅਦ 1-to-1 ਕਰਕੇ ਜਿੰਦੇ ਚ ਸਰਕਾਰ ਨੇ ਕਿਹਾ ਕਿ ਕਈ ਇਦਾਂ ਦੇ ਨੇ ਜਿਨ੍ਹਾਂ ਦੇ ਜਿਹੜੇ ਫਾਰਮ ਨੇ ਉਹਨਾਂ ਦੇ ਵਿੱਚ ਐਕਚੁਅਲ ਦੇ ਵਿੱਚ ਪ੍ਰੋਬਲਮ ਹੈ ਉਹਨਾਂ ਚੀਜ਼ਾਂ ਨੂੰ ਦੁਬਾਰਾ ਵੇਖਿਆ ਜਾਏਗਾ ਕੋਰਟ ਦੇ ਵੱਲੋਂ ਸਕੂਟਨੀ ਕੀ ਕਹਿ ਸਕਦੇ ਹਾਂ ਵੈਰੀਫਿਕੇਸ਼ਨ ਹੋਏਗੀ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਏਗਾ ਉਸ ਤੋਂ ਬਾਅਦ ਉਹਨਾਂ ਪਿੰਡਾਂ ਦੇ ਵਿੱਚ ਇਲੈਕਸ਼ਨ ਹੋਏਗਾ। ਜੇ ਕਿਹਾ ਜਾਵੇ ਹੁਣ ਦੁਬਾਰੇ ਕਦੋਂ ਹੋਣੀ ਹੈ ਸੁਣ 15 ਦਿਨਾਂ ਤੋਂ ਬਾਅਦ ਦੀ ਤਰੀਕ ਹੈ ਜਿਹੜੀ ਉਹਨੇ ਅਪਡੇਟ ਹੋ ਜਾਏਗੀ। ਸ਼ਾਮ ਹੁੰਦੇ ਹੁੰਦੇ ਪੰਜਾਬ ਹਰਿਆਣਾ ਹਾਈਕੋਰਟ ਦਾ ਆਉਂਦਾ ਕਿ ਸਟੇ ਹੈ ਜਿਹੜੀ ਇਹਨਾਂ ਜਿਹੜੀਆਂ 300 ਦੇ ਕਰੀਬ ਪਟੀਸ਼ਨਾਂ ਜਿਵੇਂ ਕਿ ਵਕੀਲ ਦੱਸਦੇ ਨੇ ਕਿ ਉਸ ਜਗ੍ਹਾ ਤੇ ਹੋ ਗਈ ਹੈ ਤੇ ਲਾਜ਼ਮੀ ਜੀ ਗੱਲ ਹੈ ਵੀ ਉੱਥੇ ਜਿਹੜਾ ਚੋਣ ਪ੍ਰੋਸੈਸ ਹੈ ਉਹ ਹੁਣ ਸਾਰੀਆਂ ਵੈਰੀਫਿਕੇਸ਼ਨਾਂ ਹੋਣ ਤੋਂ ਬਾਅਦ ਜੋ ਜੋ ਇਤਰਾਜ਼ ਨੇ ਉਹ ਵੈਰੀਫਾਈ ਹੋਣ ਤੋਂ ਬਾਅਦ ਹੀ ਅੱਗੇ ਵੱਧ ਪਾਊਗਾ। ਸੀਨੀਅਰ ਵੀਡੀਓ ਜਰਨਲਿਸਟ ਮਤੇਦਨਾ ਸੁਮੇਸ਼ ਸਿੰਘ ਰੋਜ਼ਾਨਾ ਸੁਖਸਨ ਟੀਵੀ ਚੰਡੀਗੜ੍ਹ।